ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਣੀ ਦੇ ਬਹੁਤ ਸ਼ਾਂਤੀ ਦੇ ਪੁੰਜ ਜਿਨ੍ਹਾਂ ਨੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਸਭ ਤੋਂ ਪਹਿਲੀ ਸ਼ਹੀਦੀ ਦਿੱਤੀ ਅਤੇ ਸ਼ਹੀਦਾਂ ਦੇ ਸਰਤਾਜ ਦੇ ਨਾਮ ਨਾਲ ਜਾਣੇ ਜਾਣ ਲੱਗੇ ਐਸੇ ਗੁਰੂ ਮਹਾਰਾਜ ਦੇ ਚਰਨਾਂ 'ਚ ਮੇਰਾ ਵਾਰ ਵਾਰ ਪ੍ਰਣਾਮ ਹੈ ਸਿੱਜਦਾ ਹੈ। ਆਪ ਜੀ ਦਾ ਪ੍ਰਕਾਸ਼ ਗੁਰੂ ਰਾਮਦਾਸ ਜੀ ਦੇ ਗ੍ਰਹਿ ਮਾਤਾ ਭਾਨੀ ਜੀ ਦੇ ਕੁੱਖੋਂ ਸ਼੍ਰੀ ਗੋਇੰਦਵਾਲ ਸਾਹਿਬ ਹੋਇਆ। ਆਪ ਜੀ ਦੇ ਨਾਨਾ ਜੀ ਗੁਰੂ ਸਨ, ਪਿਤਾ ਜੀ ਵੀ ਗੁਰੂ ਹੋਏ, ਉਸ ਤੋਂ ਬਾਅਦ ਪੁੱਤਰ ਵੀ ਗੁਰੂ, ਪੋਤਰਾ ਵੀ ਗੁਰੂ ਤੇ ਪੜਪੋਤਰਾ ਵੀ। ਨਾਨਾ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ਦੋਹਿਤਾ ਬਾਣੀ ਕਾ ਬੋਹਿਤਾ ਦਾ ਖਿਤਾਬ ਦਿੱਤਾ ਕਿਉਂਕਿ ਆਪ ਜੀ ਬਚਪਨ ਤੋਂ ਹੀ ਗੁਰਬਾਣੀ ਦੇ ਰੰਗ 'ਚ ਰੰਗੇ ਗਏ ਸਨ। ਆਪ ਜੀ ਨੇ 11 ਸਾਲ ਦੀ ਉਮਰ 'ਚ ਗੁਰਮੁਖੀ, ਦੇਵਨਾਗਰੀ ਤੇ ਹੋਰ ਭਾਸ਼ਾਵਾਂ ਦੇ ਨਾਲ ਨਾਲ ਬਾਕੀ ਧਰਮਾਂ ਦੇ ਗ੍ਰੰਥ ਵੀ ਅਧਿਐਨ ਕੀਤੇ ਅਤੇ ਇਸ ਦੇ ਨਾਲ ਹੀ ਕੀਰਤਨ ਵਿੱਦਿਆ ਵੀ ਪ੍ਰਾਪਤ ਕੀਤੀ। ਆਪ ਜੀ ਦਾ ਆਨੰਦ ਕਾਰਜ ਮਾਤਾ ਗੰਗਾ ਜੀ ਨਾਲ ਹੋਇਆ ਜੋ ਕਿ ਨੇਕ, ਧਰਮੀ ਤੇ ਨੇਮੀ ਸੁਭਾਅ ਦੇ ਮਾਲਕ ਸਨ, ਜਿਨ੍ਹਾਂ ਦੀ ਕੁੱਖੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ। ਆਪ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕੀਤੀ, ਜਿਸ ਦੀ ਕਲਾ ਦਾ ਅੱਜ ਵੀ ਕੋਈ ਜਵਾਬ ਨਹੀਂ। ਇਹ ਨਗਰ ਨਾ ਸਿਰਫ ਧਾਰਮਿਕ ਬਲਕਿ ਰੋਜ਼ਗਾਰ ਲਈ, ਵਪਾਰ ਲਈ ਵੀ ਵੱਡਾ ਕੇਂਦਰ ਬਣਿਆ। ਲੋਕਾਂ ਦੀ ਤਕਲੀਫ ਦੇਖਦੇ ਹੋਏ ਗੁਰੂ ਸਾਹਿਬ ਨੇ ਅਨੇਕਾਂ ਕਾਰਜ ਕੀਤੇ, ਜਿਵੇਂ 1590-91 ਵਿੱਚ ਆਪ ਨੇ ਤਰਨ ਤਾਰਨ ਸਰੋਵਰ ਦੀ ਪੁਟਾਈ ਸ਼ੁਰੂ ਕੀਤੀ। ਸੰਨ 1592-93 ਵਿੱਚ ਗੁਰੂ ਕੀ ਵਡਾਲੀ ਲਾਗੇ 6 ਹਰਟਾਂ ਵਾਲਾ ਖੂਹ ਬਣਾਇਆ, ਹੁਣ ਇਸ ਆਬਾਦੀ ਦਾ ਨਾਂ ਹੈ ਸ਼ਹਿਰਟਾਂ ਸਾਹਿਬ ਪੈ ਗਿਆ ਹੈ। ਸੰਨ 1593-94 ਵਿੱਚ ਆਪ ਨੇ ਕਰਤਾਰਪੁਰ ਜੋ ਕਿ ਜਲੰਧਰ ਹੈ ਉਸਦੀ ਨੀਂਹ ਰੱਖੀ ਅਤੇ ਖੂਹ ਆਦਿ ਖੁਦਾਏ। ਸੰਨ 1597-98 ਵਿੱਚ ਆਪ ਨੇ ਪਿੰਡ ਰੋਹਿਲਾ ਦੀ ਜਗ੍ਹਾ ਗੋਬਿੰਦਪੁਰ, ਹੁਣ ਹਰਗੋਬਿੰਦਪੁਰ ਨਗਰ ਦੀ ਨੀਂਹ ਰੱਖੀ। ਸੰਨ 1599 'ਚ ਲਾਹੌਰ ਵਿਖੇ ਗੁਰੂ ਰਾਮਦਾਸ ਸਾਹਿਬ ਦੇ ਜਨਮ ਸਥਾਨ ਚੂਨਾ ਮੰਡੀ 'ਚ ਬਾਉਲੀ ਬਣਾਈ ਅਤੇ ਪਾਣੀ ਦੀ ਮੁਸ਼ਕਲ ਨੂੰ ਹੱਲ ਕੀਤਾ। ਗੁਰੂ ਕਾ ਚੱਕ ਵਿਖੇ ਸੰਗਤਾਂ ਦੀ ਨਫ਼ਰੀ ਵੱਧਦੀ ਵੇਖ ਕੇ ਆਪ ਨੇ ਸੰਨ 1602 'ਚ ਰਾਮਦਾਸ ਸਰੋਵਰ, ਜੋ ਕਿ ਤੀਸਰਾ ਸਰੋਵਰ ਹੈ, ਉਸ ਨੂੰ ਵੀ ਤਿਆਰ ਕਰਵਾਇਆ। ਇਸ ਤੋਂ ਪਹਿਲਾਂ ਹੋਰ ਵੀ ਸਰੋਵਰ ਗੁਰੂ ਸਾਹਿਬ ਨੇ ਅੰਮ੍ਰਿਤਸਰ ਸਾਹਿਬ ਅੰਦਰ ਤਿਆਰ ਕਰਵਾਇਆ। ਪਿੰਡ ਘੁੰਕੇਵਾਲੀ 'ਚ ਇੱਕ ਬਾਗ ਵੀ ਲਗਵਾਇਆ, ਜਿਸ ਨੂੰ ਹੁਣ ਗੁਰੂ ਕਾ ਬਾਗ ਕਿਹਾ ਜਾਂਦਾ ਹੈ। ਇਉਂ ਗੁਰੂ ਜੀ ਤਕਰੀਬਨ 25 ਸਾਲ ਤੋਂ ਗੁਰਮਤ ਦੇ ਪ੍ਰਚਾਰ ਪ੍ਰਸਾਰ ਦੇ ਨਾਲ ਨਾਲ ਆਮ ਜਨਤਾ ਦੀਆਂ ਤਕਲੀਫਾਂ ਸੁਣਦਿਆਂ ਨਗਰ ਬਾਉਲੀਆਂ, ਖੂਹ ਤੇ ਸਰੋਵਰ ਆਦਿ ਬਣਾਉਂਦੇ ਰਹੇ। ਸਾਰਾ ਮਾਝਾ ਇਲਾਕਾ, ਜੋ ਪਹਿਲਾਂ ਗੁੱਗੇ, ਸਖੀ ਸਰਵਰ, ਪੀਰਾਂ ਫਕੀਰਾਂ, ਕਾਲਪਨਿਕ ਦੇਵਤਿਆਂ ਦਾ ਪੈਰੋਕਾਰ ਸੀ, ਹੁਣ ਉਹ ਗੁਰੂ ਦਾ ਮਾਝਾ ਬਣ ਗਿਆ ਸੀ, ਗੁਰੂ ਦੇ ਹੁਕਮ 'ਚ ਚੱਲ ਰਿਹਾ ਸੀ। ਸੰਨ 1595 'ਚ ਲਾਹੌਰ 'ਚ ਜਦ ਕਾਲ ਪਿਆ, ਉੱਥੇ ਗੁਰੂ ਸਾਹਿਬ ਨੇ ਦਸਵੰਧ ਦੀ ਰਕਮ ਦੇ ਨਾਲ ਇਲਾਜ, ਖਾਣ ਪੀਣ ਅਤੇ ਹੋਰ ਜ਼ਰੂਰਤਾਂ ਦਾ ਲੰਗਰ ਲਾ ਕੇ ਲੋਕਾਂ ਦੀ ਬੜੀ ਮਦਦ ਕੀਤੀ ਅਤੇ ਆਪ ਵੀ ਬਹੁਤ ਦਿਨ ਸੇਵਾ ਕਰਦੇ ਰਹੇ। ਆਪ ਜੀ ਨੇ ਇਸ ਤੋਂ ਵੀ ਮਹਾਨ ਕਾਰਜ ਕੀਤਾ ਆਦਿ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ, ਜਿਸ ਅੰਦਰ ਆਪਣੇ ਸਮੇਤ ਪਹਿਲੇ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਅਤੇ ਹੋਰ ਗੁਰਸਿੱਖਾਂ ਦੀ ਬਾਣੀ ਦਰਜ ਕਰਕੇ ਆਦਿ ਗ੍ਰੰਥ ਸਾਜਿਆ, ਜਿਸ ਦਾ ਪ੍ਰਕਾਸ਼ 1604 ਈਸਵੀ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿੱਚ ਕੀਤਾ ਗਿਆ। ਜਦ ਮੁਗਲ ਅਕਬਰ ਦੇ ਕੰਨ ਪਰੇ ਕਿ ਗੁਰੂ ਸਾਹਿਬ ਨੇ ਜੋ ਗ੍ਰੰਥ ਤਿਆਰ ਕੀਤਾ ਇਸ ਵਿੱਚ ਮੁਸਲਿਮ ਤੇ ਹਿੰਦੂ ਬਾਰੇ ਬਹੁਤ ਗਲਤ ਲਿਖਿਆ, ਤਾਂ ਅਕਬਰ ਨੇ ਖੁਦ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਅਤੇ ਜਦ ਬਾਣੀ ਵਿੱਚੋਂ ਵੱਖ ਵੱਖ 3 ਥਾਵਾਂ ਤੋਂ ਹੁਕਮਨਾਮਾ ਲੈ ਕੇ ਪੜ੍ਹਿਆ ਗਿਆ ਤਾਂ ਬਾਦਸ਼ਾਹ ਦੇ ਸਾਰੇ ਸ਼ਿਕਵੇ ਦੂਰ ਹੋ ਗਏ ਕਿ ਇਸ ਵਿੱਚ ਕੁਝ ਹੋਰ ਨਹੀਂ ਬਲਕਿ ਸਿਰਫ ਤੇ ਸਿਰਫ ਸੱਚ ਹੈ, ਰੱਬ ਹੈ। ਬਾਦਸ਼ਾਹ ਇੰਨਾ ਖੁਸ਼ ਹੋਇਆ ਕਿ 500 ਅਸ਼ਰਵੀਆਂ ਭੇਟਾ ਕਰਕੇ ਸਿਰ ਨਿਵਾਇਆ। ਅਕਬਰ ਤੋਂ ਬਾਅਦ ਜਹਾਂਗੀਰ, ਉਸਦੇ ਵੀ ਕੰਨਾਂ ਨੂੰ ਦੋਖਿਆਂ ਨੇ ਭਰਿਆ, ਕੰਨਾਂ ਦਾ ਕੱਚਾ ਹੋਣ ਕਰਕੇ ਉਸਨੇ ਗੁਰੂ ਸਾਹਿਬ ਨੂੰ ਕੈਦ ਕਰਕੇ ਭਾਰੀ ਤਸੀਹੇ ਦਿੱਤੇ ਅਤੇ 1606 ਵਿੱਚ ਯਾਸੋ ਸਿਆਸਤ ਦੀ ਸਜ਼ਾ ਦਿੱਤੀ। ਤੱਤੀ ਰੇਤ ਸਿਰ 'ਤੇ ਪਾਈ ਗਈ, ਤੱਤੀ ਤਵੀ 'ਤੇ ਗੁਰੂ ਸਾਹਿਬ ਨੂੰ ਬਿਠਾਇਆ ਗਿਆ ਅਤੇ ਇਹੋ ਜਿਹੇ ਬਹੁਤ ਸਾਰੇ ਤਸੀਹੇ ਦਿੰਦੇ ਹੋਏ ਅੰਤ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ। ਇੰਨੀ ਮਹਾਨ ਸ਼ਹੀਦੀ ਦੇ ਕਾਰਨ ਹੀ ਗੁਰੂ ਸਾਹਿਬ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਗੁਰੂ ਸਾਹਿਬ ਨੂੰ ਦੋਹਿਤਾ ਬਾਣੀ ਕਾ ਬੋਹਿਤਾ, ਸ਼ਾਂਤੀ ਦੇ ਪੁੰਜ ਜਿਹੇ ਅਨੇਕਾਂ ਨਾਵਾਂ ਦੇ ਨਾਲ ਯਾਦ ਕੀਤਾ ਜਾਂਦਾ ਹੈ। ਗੁਰੂ ਸਾਹਿਬ ਦੀ ਬਾਣੀ ਜਿਵੇਂ ਸੁਖਮਨੀ ਸਾਹਿਬ, 12 ਮਾਹ ਅਤੇ ਹੋਰ ਵੀ ਅਨੇਕਾਂ ਬਾਣੀਆਂ ਇਹ ਮਨ ਨੂੰ ਠਾਰਦੀਆਂ ਹਨ, ਜੀਵਨ ਨੂੰ ਸਵਾਰਦੀਆਂ ਹਨ। ਤਾਂ ਆਓ ਗੁਰੂ ਪਿਆਰੋ, ਅੰਤ 'ਚ ਗੁਰੂ ਸਾਹਿਬ ਦੇ ਜੀਵਨ ਤੋਂ, ਬਾਣੀ ਤੋਂ ਕੁਝ ਨਾ ਕੁਝ ਜ਼ਰੂਰ ਸਿੱਖੀਏ ਅਤੇ ਜੀਵਨ ਸਵਾਰੀਏ ਅਤੇ ਗੁਰੂ ਸਾਹਿਬ ਦੇ ਚਰਨਾਂ ਨੂੰ ਵਾਰ ਵਾਰ ਪ੍ਰਣਾਮ ਕਰੀਏ, ਸਿਜਦਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।